ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਭ ਦਾ ਬੀ ਨੀਟਿੰਗ ਚੈਨਲ ਤੇ ਅੱਜ ਫੇਰ ਤੁਹਾਡੇ ਲਈ ਬਹੁਤ ਹੀ ਸਾਂਝਾ ਡਿਜ਼ਾਈਨ ਲੈ ਕੇ ਆਏ ਆ ਬੜਾ ਸਿੰਪਲ ਜਿਹਾ ਡਿਜ਼ਾਈਨ ਆ ਤੇ ਹੁਣ ਆਪਾਂ ਕਰਦੇ ਆ ਸ਼ੁਰੂ ਇਹ ਡਿਜ਼ਾਈਨ ਬਣਾਉਣ ਲਈ ਆਪਾਂ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਲੈਣੇ ਨੇ ਤੇ ਦੋ ਸਲਾਈਆਂ ਦਾ ਡਿਜ਼ਾਈਨ ਆ ਦੋ ਸਲਾਈਆਂ ਇਹਦੇ ਵਿੱਚ ਆਪਣੀਆਂ ਗੈਪ ਲਈ ਬਣਦੀਆਂ ਨੇ ਜੋ ਕਿਸੇ ਵੀ ਤਰ੍ਹਾਂ ਦਾ ਆਪਾਂ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਆਪਣੀ ਸਾਰੀ ਸਿੱਧੀ ਪਾਊਗੀ ਇਸ ਤਰ੍ਹਾਂ ਪਹਿਲੀ ਸਲਾਈ ਸਾਰੀ ਸਿੱਧੀ ਬਣਾਵਾਂਗੇ ਇਹ ਡਿਜ਼ਾਈਨ ਆਪਾਂ ਲੇਡੀਜ਼ ਕੋਟੀ ਜੈਕਟ ਬੱਚਿਆਂ ਦੇ ਸਵੈਟਰ ਗਰਲਸ ਟੌਪ ਸਕੀ ਵੀ ਜੈਂਟਸ ਸਵੈਟਰ ਕਿਸੇ ਵੀ ਤਰ੍ਹਾਂ ਦੇ ਕੋਟੀ ਸਵੈਟਰ ਦੇ ਵਿੱਚ ਬਣਾ ਸਕਦੇ ਆਂ ਔਰ ਬੜੀ ਆਸਾਨੀ ਨਾਲ ਬਣਨ ਵਾਲਾ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਬੈਲ ਆਈਕਨ ਦਾ ਬਟਨ ਵੀ ਜਰੂਰ ਪ੍ਰੈਸ ਕਰਿਓ ਹੁਣ ਆ ਗਏ ਆਪਾਂ ਉਲਟੀ ਸਲਾਈ ਇਹ ਹੈਗੀ ਡਿਜ਼ਾਈਨ ਦੀ ਦੂਜੀ ਸਲਾਈ ਇਹ ਆਪਾਂ ਉਲਟੀ ਬਣਾਵਾਂਗੇ ਦੋ ਸਲਾਈਆਂ ਦਾ ਡਿਜ਼ਾਈਨ ਆ ਦੋ ਸਲਾਈਆਂ ਆਪਣੀਆਂ ਗੈਪ ਲਈ ਬਣਦੀਆਂ ਨੇ ਇੱਕ ਉਲਟੀ ਇੱਕ ਸਿੱਧੀ ਹੈ ਗੈਪ ਦੀਆਂ ਸਲਾਈਆਂ ਨੇ ਤੇ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਨਾ ਹੁਣ ਸਿੱਧੀ ਸਲਾਈ ਤੇ ਜਾ ਕੇ ਆਪਾਂ ਡਿਜ਼ਾਈਨ ਪਾਵਾਂਗੇ ਤੇ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਆ ਔਰ ਬਣਿਆ ਬਹੁਤ ਸੋਹਣਾ ਲੱਗਦਾ ਹੁਣ ਆ ਗਏ ਆਪਾਂ ਸਿੱਧੇ ਪਾਸੇ ਇਹ ਡਿਜ਼ਾਈਨ ਵਾਲੀ ਸਲਾਈ ਹੈ ਆਪਣੀ ਦੋ ਕੁੰਡੇ ਬਣਾਵਾਂਗੇ ਆਪਾਂ ਉਲਟੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬੁਣ ਕੇ ਇਹਨੂੰ ਆਪਾਂ ਸਲਾਈ ਤੋਂ ਉਤਾਰਨਾ ਨਹੀਂ ਇਸ ਤਰ੍ਹਾਂ ਇੱਕ ਵਾਰੀ ਫੇਰ ਬੁਣ ਲੈਣਾ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਸਿੱਧੇ ਕੁੰਡੇ ਦੇ ਆਪਾਂ ਇਸ ਤਰ੍ਹਾਂ ਦੋ ਕੁੰਡੇ ਬਣਾ ਲੈਣੇ ਨੇ ਇਹ ਆਪਣੇ ਕੁੰਡੇ ਵਧ ਰਹੇ ਨੇ ਉਲਟੀ ਸਲਾਈ ਦੇ ਵਿੱਚ ਜਾ ਕੇ ਘਟਣਗੇ ਫਿਰ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਔਰ ਇੱਕ ਵਾਰੀ ਇਹਨੂੰ ਫੇਰ ਬੁਣ ਕੇ ਇੱਕ ਕੁੰਡੇ ਦੇ ਦੋ ਦੋ ਕੁੰਡੇ ਕਰੀ ਜਾਣੇ ਲਾਸਟ ਵਾਲੇ ਦੋ ਕੁੰਡੇ ਉਲਟੇ ਹੁਣ ਅਗੇ ਆਪਾਂ ਉਲਟੀ ਸਲਾਈ ਤੇ ਇਹ ਜਿਹੜੇ ਆਪਾਂ ਦੋ ਕੁੰਡੇ ਉਲਟੇ ਬਣਾਏ ਆ ਇਹ ਇਧਰ ਆਪਣੇ ਸਿੱਧੇ ਬਣਨਗੇ ਇਸ ਤਰ੍ਹਾਂ ਜਿਹੜੇ ਆਪਾਂ ਇਧਰ ਇੱਕ ਕੁੰਡੇ ਦੇ ਦੋ ਕੁੰਡੇ ਕਰਿਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਇੱਕ ਕਰ ਦਿਆਂਗੇ ਦੋਨ ਦਾ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ

ਲਾਸਟ ਵਾਲੇ ਦੋ ਕੁੰਡੇ ਸਿੱਧੇ ਹੁਣ ਸਿੱਧੇ ਪਾਸੇ ਤੋਂ ਆਪਾਂ ਫੇਰ ਆਪਣੀ ਪੂਰੀ ਸਲਾਈ ਇੱਕ ਸਿੱਧੀ ਪਾਵਾਂਗੇ ਇੱਕ ਉਲਟੀ ਪਾਵਾਂਗੇ ਔਰ ਉਸ ਤੋਂ ਬਾਅਦ ਆਪਣਾ ਇਹ ਡਿਜ਼ਾਈਨ ਫੇਰ ਪਾ ਲਵਾਂਗੇ ਦੋ ਸਲਾਈਆਂ ਦਾ ਡਿਜ਼ਾਈਨ ਦੋ ਸਲਾਈਆਂ ਦੇ ਵਿੱਚ ਗੈਪ ਲਈ ਬਣਦੀਆਂ ਨੇ ਤੇ ਡਿਜ਼ਾਈਨ ਅੱਗੇ ਦੀ ਅੱਗੇ ਆਪਣਾ ਇਸ ਤਰ੍ਹਾਂ ਬਣਦਾ ਜਾਊਗਾ ਦੇਖੋ ਬਣ ਕੇ ਕਿੰਨਾ ਸੋਹਣਾ ਲੱਗਦਾ ਉਮੀਦ ਆ ਤੁਹਾਨੂੰ ਜਰੂਰ ਪਸੰਦ ਆਇਆ ਹੋਊਗਾ ਜੇਕਰ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਲੋ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ